ਸਰ ਤੁਸੀਂ ਕਹੋਗੇ ਅੱਜ ਮੀਟਿੰਗ ਵੀ ਰੱਖੀ ਗਈ ਸ਼ਹਿਰਾਂ ਦੇ ਸਾਰੇ ਇਕੱਠੇ ਵੀ ਹੋਏ ਆ ਇਸ ਮੀਟਿੰਗ ਦੇ ਵਿੱਚ ਕੀ ਕਹੋਗੇ? ਅੱਜ ਜ਼ਿਲ੍ਹਾ ਰਾਈਸ ਮਿਲਰ ਮਾਲਕਾਂ ਦੀ ਮੀਟਿੰਗ ਸੱਦੀ ਗਈ ਸੀ ਕਿਉਂਕਿ 6 ਤਰੀਕ ਨੂੰ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਕਿ ਜੋ 45 ਰਾਈਸ ਅਸੀਂ ਬਾਜ਼ਾਰੋਂ ਲੈ ਕੇ ਉਹਨਾਂ ਇੱਥੋਂ ਦੇ ਡੀਲਰਾਂ ਕੋਲੋਂ ਮਿਕਸ ਕਰਦੇ ਹਾਂ, ਅਗਰ ਉਹਦੇ ਤੱਤ ਪੂਰੇ ਨਹੀਂ ਪਾਏ ਜਾਂਦੇ, ਰਿਜੈਕਟ ਹੋ ਜਾਂਦੀ ਆ, ਤਾਂ ਸਾਰੀ ਹੀ ਜ਼ਿੰਮੇਵਾਰੀ ਰਾਈਸ ਮਿਲਰ ਦੀ ਸਮਝੀ ਜਾਏਗੀ ਅਤੇ ਉਸਦਾ ਉਹ ਦੋਸ਼ੀ ਹੋਵੇਗਾ। ਜਦੋਂ ਕਿ ਮੈਨੂਫੈਕਚਰ ਅਤੇ ਨੋਟੀਫਾਈਡ ਜੋ ਗਵਰਨਮੈਂਟ ਨੂੰ ਡੀਲਰ ਬਣਾਏ ਗਏ ਉਹਨਾਂ ਕੋਲ ਅਸੀਂ ਇਹ ਲੈ ਕੇ ਮਿਕਸ ਕਰਨਾ, ਸਾਡੀ ਸਿਰਫ ਜ਼ਿੰਮੇਵਾਰੀ ਉਹਨੂੰ ਬਲੈਂਡ ਕਰਨ ਦੀ, ਉਹਦੀ ਕੁਆਲਿਟੀ ਦੀ ਸਾਡੀ ਕੋਈ ਜ਼ਿੰਮੇਵਾਰੀ। ਅਸੀਂ ਉਹਦਾ ਵਿਰੋਧ ਕਰਦੇ ਹਾਂ ਅਤੇ ਅਗਰਾਹ ਕਰਦਾ ਜਿੰਨਾ ਚਿਰ ਸਾਡੇ 'ਤੇ ਜੋ ਇਹ ਸ਼ਰਤ ਲਾਈ ਗਈ ਆ, ਇਹ ਮੈਨੂਫੈਕਚਰ ਲਾਈ ਜਾਵੇ, ਸਾਨੂੰ ਤੋਂ ਬਰੀ ਕੀਤਾ ਜਾਵੇ। ਜਿੰਨਾ ਚਿਰ ਸ਼ਰਤ ਨਹੀਂ ਮੰਨੀ ਜਾਂਦੀ, ਅਸੀਂ ਜੋ ਪ੍ਰਧਾਨ ਜੀ ਨੇ ਕਿਹਾ ਉਹਦੇ ਮੁਤਾਬਕ ਹੜਤਾਲ ਦੀ ਆ। ਹੜਤਾਲ ਜ਼ਿਲ੍ਹੇ ਪੱਧਰ ਦੀ ਹੈ ਕਿ ਪੂਰੇ ਪੰਜਾਬ ਪੱਧਰ ਦੀ? ਸਾਡੀ ਅੱਜ ਜ਼ਿਲ੍ਹਾ ਪੱਧਰ ਦੀ ਹੋਈ ਆ, ਬਾਕੀ ਵੀ ਮੈਸੇਜ ਆ ਰਹੇ ਪੰਜਾਬ 'ਚ, ਬਾਕੀ ਸੈਂਟਰਾਂ 'ਤੇ ਵੀ ਹੜਤਾਲ ਕਾਫੀ ਜਗ੍ਹਾ ਹੋ ਗਈ ਹੈ। ਇੱਕ FCI ਨੇ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਕੁਛ ਦਿਨ ਪਹਿਲਾਂ ਇੱਕ ਲੈਟਰ ਕੱਢਿਆ ਜਿਹਦੇ ਵਿੱਚ ਕਿ ਇੱਕ 45 ਰਾਈਸ ਹੁੰਦਾ ਜਿਹਨੂੰ ਬਰੋਕਨ ਤੋਂ ਉਹਦਾ ਪਾਊਡਰ ਫਾਰਮ ਬਣਾ ਕੇ ਫਿਰ ਉਹਦੇ ਵਿੱਚ ਕੁਛ ਜਿਹੜੇ ਆ ਵਿਟਾਮਿਨ ਪਾਏ ਜਾਂਦੇ ਆ ਅਤੇ ਉਹਨੂੰ ਤਿਆਰ ਕੀਤਾ ਜਾਂਦਾ। ਉਹ ਪਿਛਲੇ 2 ਸਾਲ ਤੋਂ ਸਾਨੂੰ ਉਹਦੀ ਆ ਰਿਹਾ ਕਿ ਤੁਸੀਂ ਉਹਦੀ 1% ਮਿਕਸਿੰਗ ਜਿਹੜੀ ਆ ਉਹ ਰਾਈਸ ਵਿੱਚ ਕਰਕੇ ਡਿਲੀਵਰ ਕਰੋ। ਉਹਦੀ ਪਰਸੈਂਟੇਜ ਹੁੰਦੀ ਸੀਗੀ ਕਿ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੈਗਾ ਰਾਈਸ ਡਿਲੀਵਰ ਕਰਨਾ ਅਤੇ ਉਹ 'ਚ ਕਿੰਨੇ ਪਰਸੈਂਟ ਮਿਕਸ ਕਰਨਾ। ਇਸ ਵਾਰ ਇਹਨਾਂ ਨੇ ਕਿਹਾ ਕਿ ਉਹ 100% ਜਿਹੜਾ ਰਾਈਸ ਆ ਉਹ ਵਿੱਚ ਮਿਕਸ ਕਰਨਾ। ਔਰ ਜਿਹੜੇ ਸਾਡੇ ਪਿਛਲੇ ਮਿਕਸ ਕੀਤੇ ਸੈਂਪਲ ਸੀਗੇ ਉਹ ਇਹਨਾਂ ਨੇ ਜਿੰਨੇ ਸੈਂਪਲ ਡਰਾ ਕੀਤੇ ਆ ਉਹਦੇ ਵਿੱਚੋਂ 95% ਸੈਂਪਲ ਜਿਹੜੇ ਆ ਉਹ ਗਵਰਨਮੈਂਟ ਦੀਆਂ ਲੈਬਾਂ ਨੇ ਉਹ ਫੇਲ ਕਰ ਦਿੱਤੇ ਆ, ਜਦਕਿ ਉਹਦੇ ਵਿੱਚ ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ ਬਣਦੀ। ਜਿਹੜੀਆਂ FRK ਮਿੱਲਾਂ ਤਿਆਰ ਕਰਦੀਆਂ ਰਾਈਸ, ਉਹ ਰਾਈਸ ਉਹਨਾਂ ਦੀ ਰਿਸਪੋਂਸੀਬਿਲਟੀ ਆ। ਗਵਰਨਮੈਂਟ ਨੇ ਉਹ ਪਿੰਨ ਪੁਆਇੰਟ ਕੀਤੀਆਂ ਹੋਈਆਂ ਔਰ ਪਾਸ ਕੀਤੀਆਂ ਹੋਈਆਂ ਕਿ ਆਹਾ ਮਿੱਲਾਂ ਕੋਲੋਂ ਤੁਸੀਂ FRK ਲੈ ਸਕਦੇ ਆ। ਅਸੀਂ ਉਹਨਾਂ ਕੋਲ ਪ੍ਰਤੀਤ ਕੀਤਾ, ਉਹਨਾਂ ਦੀਆਂ ਲੈਬ ਰਿਪੋਰਟਾਂ ਜਿਹੜੀਆਂ ਸਾਡੀਆਂ ਅਸੀਂ ਨਾਲ ਆ ਨਾਲ ਲਾ ਕੇ ਨੱਥੀ ਕਰਕੇ ਅਸੀਂ ਉਹਨੂੰ ਦਿੱਤੀਆਂ। ਉਹ ਰਾਈਸ ਜੇ ਅੱਜ ਫੇਲ ਹੁੰਦਾ ਤਾਂ ਉਹ ਮਿਲਰ ਨੂੰ ਕਿਹਾ ਜਾਂਦਾ ਕਿ 67 ਲੱਖ ਰੁਪਈਆ ਜਮ੍ਹਾਂ ਕਰਾ ਔਰ ਉਹਦੇ ਬਰਾਬਰ ਆਪਣਾ ਰਾਈਸ ਲਾ ਅਤੇ ਫਿਰ ਉਹ ਚੱਕਾ ਜਿਹੜਾ ਰਾਈਸ ਵਾਲਾ ਦਾ ਹੈਗਾ ਉਹ ਚੱਕ ਕੇ ਲੈ ਜਾ, ਜਿਹੜੀ ਇੱਕ ਅਸਾਈਨਮੈਂਟ ਜਿਹੜੀ ਉਹ 6 ਗੱਡੀਆਂ ਦੀ ਹੁੰਦੀ ਹੈ। ਸੋ ਇਸ ਕਰਕੇ ਜਿਹੜੇ ਆ ਵੀ ਮੈਨੂਫੈਕਚਰਰ ਆ ਹਮੇਸ਼ਾ ਰਿਸਪੋਂਸੀਬਿਲਟੀ ਹਰ ਚੀਜ਼ ਦੇ ਉੱਤੇ ਉਹਦੀ ਬਣਦੀ ਹੈ, ਸਾਡੀ ਨਹੀਂ ਬਣਦੀ, ਉਹਦੀ ਰਿਸਪੋਂਸੀਬਿਲਟੀ ਬਣਦੀ ਹੈ। ਜਿਹੜੇ ਮੈਨੂਫੈਕਚਰਰ ਨੇ 45 ਦੇ, ਗਵਰਨਮੈਂਟ ਨੂੰ ਰਿਸਪੋਂਸੀਬਿਲਟੀ ਉਹਦੀ ਫਿਕਸ ਕਰਨੀ ਚਾਹੀਦੀ ਆ। ਅਸੀਂ ਤਾਂ ਇਸੋ ਤੱਕ ਵੀ ਕਹਾਂਗੇ ਕਿ ਸਰਕਾਰ 45 ਆਪਣੇ ਐਨਾਲਿਸਿਸ ਕਰਾ ਕੇ ਲੈਬਾਂ 'ਚੋਂ FCI ਆਪਣੇ ਕੋਲ ਰੱਖੇ, ਉਹ ਸਾਨੂੰ ਪ੍ਰੋਵਾਈਡ ਕਰੇ, ਅਸੀਂ ਉਹ 45 ਦਾ ਮਿਕਸ ਕਰਕੇ ਦੇਣ ਨੂੰ ਤਿਆਰ ਹਾਂ। ਔਰ ਇਹਨਾਂ ਹਾਲਾਤਾਂ ਦੇ ਵਿੱਚ ਜੋ ਇਹ ਲੈਟਰ ਆਇਆ ਇਹਦੇ ਮੁਤਾਬਕ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਦੀ ਪੈਟੀ ਮਿਲ ਕਰਨ ਨੂੰ ਤਿਆਰ ਨਹੀਂ, ਅਸੀਂ ਪੂਰਨ ਤੌਰ ਦੇ ਉੱਤੇ ਇਹਦੀ ਅੱਜ ਤੋਂ ਸਟ੍ਰਾਈਕ ਕਰਦੇ ਹਾਂ। ਜਿਹੜੀ ਕਮੇਟੀ ਤੁਸੀਂ ਇਕੱਠੀ ਤੁਹਾਨੂੰ ਕੀਤੀ ਸੀਗੀ ਕੁਛ ਬੰਦਿਆਂ ਦੀ, ਤੇ ਉਹਦੇ ਵਿੱਚ ਫੈਸਲਾ ਦਿੱਤਾ ਗਿਆ ਸਟ੍ਰਾਈਕ ਦਾ? ਨਹੀਂ, ਸਟ੍ਰਾਈਕ ਸਮੂਹ ਸਾਰੇ ਜਿਹੜੇ ਹੈਗੇ ਆ ਮਿਲਰਾਂ ਦਾ ਹੀ ਫੈਸਲਾ ਆ। ਕਮੇਟੀ ਤਾਂ ਅਸੀਂ ਦੇਖੋ ਕਦੇ ਵੀ ਜੇ ਅਸੀਂ 60-70 ਬੰਦੇ ਬੈਠੇ ਹਾਂ ਤਾਂ ਉਹਨਾਂ ਵਿੱਚ ਫੈਸਲਾ ਨਹੀਂ ਲਿਆ ਹੁੰਦਾ ਹੁੰਦਾ, ਉਹਦੇ ਵਿੱਚ ਅਸੀਂ ਹਰ ਮੈਂ ਆਪਣੇ ਸੈਂਟਰਾਂ ਦੇ ਉੱਤੋਂ ਜਿਹੜੇ ਸਾਡੇ ਜ਼ਿੰਮੇਵਾਰ ਅਹੁਦੇਦਾਰ ਆ ਉਹ ਬੰਦੇ ਲੈ ਕੇ ਉਹਨਾਂ ਨਾਲ ਫੈਸਲਾ ਕੀਤਾ ਆ ਕਿ ਤੁਹਾਡੇ ਸੈਂਟਰਾਂ ਦੇ ਕੀ ਵਿਊਜ਼ ਨੇ, ਕੀ ਗੱਲ ਨੇ, ਉਹਨਾਂ ਨੂੰ ਸਾਰੇ ਮੱਦੇਨਜ਼ਰ ਰੱਖਦਿਆਂ ਹੋਇਆ ਸਾਰਿਆਂ ਦਾ ਇੱਕੋ ਫੈਸਲਾ ਜਹਿਨੀ ਮਤਲਬ ਪੂਰੇ ਜ਼ਿਲ੍ਹੇ ਦਾ ਜਿਹੜੀ ਇਸ ਇਸ਼ੂ ਦੇ ਉੱਤੇ ਜਿਹੜਾ ਹੈਗਾ ਉਹ ਬੰਦ ਕੀਤਾ ਜਾਵੇ। ਹਾਂ, ਔਰ ਇਸ ਤੋਂ ਇਲਾਵਾ ਇੱਕ ਨਵਾਂ ਫਰਮਾਨ ਆਇਆ ਸਰਕਾਰ ਦਾ ਜਿਹੜਾ ਕਹਿ ਰਿਹਾ ਕਿ ਪਿੱਛੇ ਤੋਂ ਚੱਲਦਾ ਪਰ ਸਾਨੂੰ ਨਹੀਂ ਪਤਾ ਕਿ ਜਿਹੜਾ ਸਾਡਾ ਛਿਲਕਾ ਆ ਜਿਹਨੂੰ ਪਾਈਪ ਬਾਈ ਪ੍ਰੋਡਕਟ ਗਵਰਨਮੈਂਟ ਕਹਿੰਦੀ ਆ, ਜਿਹਦੇ ਆਧਾਰ ਦੇ ਉੱਤੇ ਇਹਨਾਂ ਨੇ ਕਿਸੇ ਟਾਈਮ ਦੇ ਉੱਤੇ ਸਾਡੇ 13 ਰੁਪਏ ਤੋਂ ਘਟਾ ਕੇ 9.25 ਰੁਪਏ ਮਿਲਿੰਗ ਚਾਰਜ ਕਰ ਦਿੱਤੇ ਸੀਗੇ, ਉਹਦੇ ਉੱਤੇ ਵੀ ਇਹਨਾਂ ਨੇ ਪਾਬੰਦੀ ਲਾਤੀ ਆ ਕਿ ਉਹਨੂੰ ਲੂਜ਼ ਫਾਰਮ ਦੇ ਵਿੱਚ ਤੁਸੀਂ ਉਹਨੂੰ ਸੇਲ ਨਹੀਂ ਕਰ ਸਕਦੇ, ਔਰ ਉਹਦੇ ਜਿਹੜੇ ਆ ਪਾਇਲਟ ਬਣ ਕੇ ਸੇਲ ਹੋਊਗਾ, ਜਦਕਿ ਪਾਇਲਟ ਬਣਾਉਣ ਦੀ ਸਾਡੀ ਕੋਈ ਪ੍ਰੋਵੀਜ਼ਨ ਨਹੀਂ, ਉਹ ਲੂਜ਼ ਦੇ ਉੱਤੇ ਹੁੰਦਾ। ਜਿਹਦੇ ਨਾਲ ਜਿਹੜੀ ਸੇਲ ਉਹਦੀ ਛਿਲਕੇ ਦੀ ਮਾਰਕੀਟ ਆ ਉਹ 50% ਤੋਂ ਵੀ ਡਾਊਨ ਆ ਗਈ ਥੱਲੇ, ਜਦਕਿ ਅਜੇ ਮਿੱਲਾਂ ਜਿਹੜੀਆਂ ਚੱਲੀਆਂ ਨਹੀਂ। ਸੋ ਇੱਦਾਂ ਦੇ ਕਾਫੀ ਇਸ਼ੂਜ਼ ਨੇ, ਹੋਰ ਵੀ ਬਹੁਤ ਨੇ,
और अभी फिलहाल जोड़ा है मेन साडा जो एफ आर के राइस का जोड़ा है अभी वह करके करके अभी चाहते हैं कि नहीं अभी किसी भी कीमत उत्ते कुछ सैलिंग करने तैयार नहीं। गवर्नमेंट की पैडी अभी अपने मिलों के स्टोर करने तैयार नहीं इन्ह हालात के जे गवर्नमेंट सानू कहे कि तुम एग्रीमेंट किए आ जिस तरह अभी एग्रीमेंट किए बिल्कुल साड़ी पॉलिसी के उस वेले इदा की कोई क्लास नहीं लिखी गई कि तुसी एफ आर के जिहड़ा आ इह लाउणा आ इहदी आ टर्म एंड कंडीशन आ इह लैटर सारे गवर्नमेंट ने बाद च कढे आ स्ट्राइक आ कल नूं कोई गवर्नमेंट उत्ते कोई फैसला लैंदी आ दुबारा असी अपनी मीटिंग करके उहदे विच असी दुबारा फैसला करांगे कि स्ट्राइक अगे चलूगी जां खतम।